ਪੰਜਾਬੀਓ ਸਭ ਤੋਂ ਪਹਿਲਾਂ ਕੋਨੇ-ਕੋਨੇ ਚ ਦੁਨੀਆ ਦੇ ਕੋਨੇ-ਕੋਨੇ ਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਕਈ ਇਹੋ ਜਿਹੇ ਵੀ ਨੇ ਜਿਹੜੇ ਇਸ ਮੁਹਿਮ ਵਿੱਚ ਆ ਨਹੀਂ ਸਕਿਆ ਆਪ ਵਿਦੇਸ਼ਾਂ ਚ ਰਹਿੰਦੇ ਨੇ ਪਰ ਉਹਨਾਂ ਨੇ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਜੰਗ ਦੇ ਵਿੱਚ ਹਿੱਸਾ ਪਾਇਆ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਜੰਗ ਦੇ ਵਿੱਚ ਜਿੱਥੇ-ਜਿੱਥੇ ਵੀ ਉਹ ਵੱਸਦੇ ਨੇ ਉਹਨਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀਰੋ ਤੁਸੀਂ ਦੇਖਿਆ ਹੋਣਾ ਕਿੰਨਾ ਚਿੱਕੜ ਸੁੱਟਿਆ ਸਾਡੇ ਤੇ ਵ੍ਰੋਧੀ ਪਾਰਟੀਆਂ ਦੇ ਲੀਡਰਾਂ ਨੇ ਅਰਵਿੰਦ ਕੇਜਰੀਵਾਲ ਜੀ ਤੇ ਮੈਨੂੰ ਨਿੱਜੀ ਟਿੱਪਣੀਆਂ ਕੀਤੀਆਂ ਘਟਿਆ ਸ਼ਬਦਾਵਲੀ ਵਰਤੀ ਗਈ ਬੇਇੱਜ਼ਤੀਆਂ ਕੀਤੀਆਂ ਗਈਆਂ ਸਾਡੀਆਂ ਅੱਜ ਮੈਂ ਇਸ ਮੰਚ ਤੋਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਹਾਨੂੰ ਤੁਹਾਨੂੰ ਜਿਹੜੀ ਸ਼ਬਦਾਵਲੀ ਹੈ ਥੋੜਾ ਪਿੱਛੇ ਹੋ ਜਾਓ ਥੋੜਾ ਪਿੱਛੇ ਮੈਂ ਇਹਦੂ ਅੱਗੇ ਆ ਨਹੀਂ ਸਕਦਾ ਮਾਈਕ ਬੀਰੋ ਇਹ ਸ਼ਬਦਾਬਲੀ ਉਹਨਾਂ ਨੂੰ ਮੁਬਾਰਕ ਹੋਵੇ ਤੁਸੀਂ ਸਾਡੇ ਤੇ ਚਿੱਕੜ ਸੁੱਟਿਆ ਨਿੱਜੀ ਗੱਲਾਂ ਕੀਤੀਆਂ ਪਰਿਵਾਰਾਂ ਬਾਰੇ ਹੋਰ ਪਤਾ ਨਹੀਂ ਕੀ ਕੀ ਪਰ ਲੋਕਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ ਅਸੀਂ ਤੁਹਾਨੂੰ ਜਿਹੜੇ ਸਾਡੇ ਤੇ ਚਿੱਕੜ ਸੁੱਟਣ ਵਾਲੇ ਸੀ ਅੱਜ ਮੈਂ ਤੁਹਾਡੇ ਜਰੀਏ ਤੁਹਾਡੇ ਸਾਹਮਣੇ ਗੱਲ ਕਹਿਣਾ ਕਿ ਅਸੀਂ ਉਹਨਾਂ ਨੂੰ ਮਾਫ਼ ਕਰ ਦਿੰਨੇ ਆ ਪਰ ਹੁਣ ਅੱਗੇ ਤੋਂ ਪੌਣੇ 3 ਕਰੋੜ ਪੰਜਾਬੀਆਂ ਦੀ ਇੱਜ਼ਤ ਕਰਨੀ ਸ਼ੁਰੂ ਕਰਨੀ ਪਊਗੀ ਸਭ ਨੂੰ ਬਹੁਤ ਬੇਇੱਜ਼ਤੀਆਂ ਕਰ ਲੀਆਂ ਸਾਡੀਆਂ ਤੁਸੀਂ ਸਾਡੇ ਬਜ਼ੁਰਗ ਜੁੱਤੀਆਂ ਟੁੱਟ ਗਈਆਂ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦਿਆਂ ਦੀਆਂ ਕਚਹਿਰੀਆਂ ਜਾਂਦਿਆਂ ਦੀਆਂ ਤਹਿਸੀਲਾਂ ਜਾਂਦਿਆਂ ਦੀਆਂ ਛਿੜਕਾਂ ਖਾ ਕੇ ਆਉਂਦੇ ਆ ਚਲੋ ਬੁੜਿਆ ਕਿੱਧਰ ਮੂੰਹ ਚੱਕਿਆ ਹੈ ਨਹੀਂ ਸਾਬ ਬੁੱਧਵਾਰ ਨੂੰ ਆਉਣਗੇ ਸਾਬ ਵੀਰਵਾਰ ਨੂੰ ਆਉਣਗੇ ਉਹ ਬੁੱਧਵਾਰ ਵੀਰਵਾਰ ਆਇਆ ਹੀ ਨਹੀਂ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਹੁਣ ਤੁਹਾਨੂੰ ਜਾਣ ਦੀ ਲੋੜ ਨਹੀਂ ਉਹ ਬੁੱਧਵਾਰ ਵੀਰਵਾਰ ਵਾਲੇ ਉਹ ਬੁੱਧਵਾਰ ਵੀਰਵਾਰ ਵਾਲੇ ਸਾਬ ਤੁਹਾਡੇ ਪਿੰਡਾਂ ਚ ਆਉਣਗੇ ਦੇ ਆਰ ਪਬਲਿਕ ਸਰਵੈਂਟਸ ਉਹਨਾਂ ਨੇ ਸੇਵਾ ਕਰਨੀ ਹੈ ਇਕੱਠੇ ਹੋ ਕੇ ਜਿਵੇਂ ਤੁਸੀਂ ਵੋਟਾਂ ਪਾਈਆਂ ਓਵੇਂ ਜਿਵੇਂ ਇਕੱਠੇ ਹੋ ਕੇ ਪੰਜਾਬ ਚਲਾਉਣਾ ਹੈ ਪੰਜਾਬੀਓ ਪਹਿਲਾਂ ਪੰਜਾਬ ਮੋਤੀ ਮਹਿਲਾਂ ਚੋਂ ਚੱਲਦਾ ਸੀ ਸਿਸਮਾ ਵਾਲੇ ਮਹਿਲਾਂ ਚੋਂ ਚੱਲਦਾ ਸੀ ਵੱਡੇ 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 ਦਰਵਾਜੇ ਬਹੁਤ ਉੱਚੀਆਂ ਉੱਚੀਆਂ ਕੰਧਾਂ ਵਾਲੇ ਘਰਾਂ ਚੋਂ ਚੱਲਦਾ ਸੀ ਪਰ ਅੱਜ ਤੋਂ ਬਾਅਦ ਪੰਜਾਬ ਪਿੰਡਾਂ ਚੋਂ ਚੱਲੂਗਾ ਬਾੜਾਂ ਚੋਂ ਚੱਲੂਗਾ ਮੁਹੱਲਿਆਂ ਚੋਂ ਚੱਲੂਗਾ ਸ਼ਹਿਰਾਂ ਚੋਂ ਚੱਲੂਗਾ ਪੰਜਾਬ ਤੁਹਾਡਾ ਅਸੀਂ ਕੋਈ ਰਿਸਟਰੀ ਨਹੀਂ ਕਰਾਈ ਇਹਨਾਂ ਦੇ ਨਾਮ ਪੰਜਾਬ ਤੁਹਾਡਾ ਅੱਜ ਮੈਂ ਤੁਹਾਨੂੰ ਕਹਿੰਦਾ ਸੀ 32 ਦੰਦ ਨੇ ਮੇਥੋਂ ਨਾਂ ਕਾਇਆ ਕਰੋ ਕੁਝ ਵੱਡੇ ਵਾਲਲ ਸਾਹਿਬ ਆਰਗੇ ਸਖਵੀਰ ਜਲਾਲਾਬਾਦ ਤੋਂ ਗਿਆ ਆਦੇਸ਼ ਪ੍ਰਤਾਪ ਕਹਿਰੋਂ ਪੱਟੀ ਤੋਂ ਹਾਰ ਗਿਆ ਕੈਪਟਨ ਸਾਹਿਬ ਪਟਿਆਲੇ ਤੋਂ ਹਾਰ ਗਏ ਸਿੱਧੂ ਤੇ ਮਜੀਠੀਆ ਦੋਨੇ ਹਾਰ ਰਹੇ ਨੇ ਚੰਨੀ ਸਾਹਿਬ ਦੋਨੇ ਸੀਟਾਂ ਤੋਂ ਹਾਰ ਗਏ ਲਿਖ ਕੇ ਦਿੱਤਾ ਸੀ ਨਾ ਕੇਦਰੀਵਾਲ ਸਾਹਿਬ ਦੇ ਵੀ ਬੱਤੀ ਨੇ ਡੌਂਟ ਹੋ ਗਏ ਦੋਨਾਂ ਦੇ ਸੋ ਵੀਰੋ ਜਦੋਂ ਸੱਚੀਆਂ ਨੀਤਾਂ ਹੋਣ ਸੱਚੀਆਂ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਸੋ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਹੈਗਾ ਹੀ ਐ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਆਪਣਾ ਪੱਖ ਰੱਖਣ ਦਾ ਉਹ ਇਸ ਗੱਲੋਂ ਕਦੇ ਵੀ ਆਪਣੇ ਮਨ 'ਚ ਡਰਨਾ ਰੱਖਣ ਕਿ ਅਸੀਂ ਵੋਟਾਂ ਨਹੀਂ ਪਾਈਆਂ ਇਹ ਸਾਡੀ ਸਰਕਾਰ ਨਹੀਂ ਹੈਗੀ ਮੁੱਖ ਮੰਤਰੀ ਸਾਰੇ ਪੰਜਾਬ ਦਾ ਬਣੂੰਗਾ ਸਾਰੇ ਪੰਜਾਬ ਦਾ ਜ਼ਿੰਦਾਬਾਦ ਸੋ ਵੀਰੋ ਇਹ ਹੁਣ ਤੁਹਾਡੇ ਤੇ ਆ ਕਿਵੇਂ ਆਪਾਂ ਪੰਜਾਬ ਚਲਾਉਣਾ ਹੈ ਸਭ ਤੋਂ ਪਹਿਲਾਂ ਮੈਨੂੰ ਫਿਕਰ ਜਿਹੜਾ ਹੈ ਉਹ ਬੇਰਜ਼ਗਾਰੀ ਦਾ ਪਹਿਲੇ ਦਿਨੀ ਹਰੇ ਰੰਗ ਦਾ ਪੈਨ ਬੇਰਜ਼ਗਾਰੀ ਦੂਰ ਕਰਨ ਵਾਸਤੇ ਚੱਲੂਗਾ ਹੌਲੀ ਹੌਲੀ ਤੁਹਾਨੂੰ ਲੀਡਰਾਂ ਦੇ ਕਾਫਲਿਆਂ ਚੋਂ ਬਾਹਰ ਕੱਢਾਂਗੇ ਆਪਾਂ ਮੋਟਰਸਾਈਕਲ ਦੀ ਭੀੜ ਦੇਖ ਲੈਨੇ ਆ ਕਿ ਐਨੇ ਮੋਟਰਸਾਈਕਲ 200 ਮੂਰੇ ਆ 300 ਮੋਟਰਸਾਈਕਲ ਪਿੱਛੇ ਆ ਮੈਨੂੰ ਪੱਤਰਕਾਰ ਆਇਆ ਇੱਕ कहता जी कैसा लग रहा है दिल्ली तो ऐसी इतने मोटरसाइकिल यूथ के तुम्हारे आगे चल रहे हैं और इतने मोटरसाइकिल पीछे हैं कैसा लग रहा है मैंने कहा जी बहुत बुरा लग रहा है कहते ये कैसा जवाब है नेता लोग तो खुश होते हैं कि यूथ हमारे साथ है मैंने कहा जी मैं वो नेता नहीं हूँ जो बेरोज नौजवानों की भीड़ को देख कर खुश होंगे मैंने कहा आज क्या दिन है कहता जी मंगलवार है मैंने कहा कितने बज गए कहता साढ़े बारह बज गए दिन के ਮੈਨੂੰ ਕ ਵਰਕਿੰਗ ਡੇ ਹੈ ਕੰਮ ਕਰਨੇ ਦਾ ਦਿਨ ਹੈ ਇਹ ਮੇਰੇ ਸਾਥ ਕਿਉਂ ਹੈ ਇਸ ਦਾ ਮਤਲਬ ਇਹ ਬੇਰੁਜ਼ਗਾਰ ਹੈ ਇਹ ਸੈਟਰਡੇ ਸੰਡੇ ਕੋ ਮੇਰੇ ਸਾਥ ਆ ਜਾਤੇ ਮੈਨੂੰ ਕੋਈ ਦੁੱਖ ਨਹੀਂ ਥਾ ਮੈਨੇ ਇਹ ਭੀੜ ਜੋ ਹੈ ਨਾ ਸੋਮਵਾਰ ਮੰਗਲਵਾਰ ਬੁੱਧਵਾਰ ਵਾਲੀ ਉਹ ਕਮ ਕਰਨੀ ਹੈ ਔਰ ਨੌਜਵਾਨਾਂ ਦੇ ਹੱਥਾਂ ਚ ਟੀਕੇ ਨੇ ਉਹ ਫਰਸਟ੍ਰੇਸ਼ਨ ਚ ਨੇ ਉਹ ਕੋਈ اچਾਂ ਨਾ ਕੋਈ ਨਸ਼ਾ ਕਰਦਾ ਉਹਨਾਂ ਨੂੰ ਕੁਝ ਦਿਖ ਹੀ ਨਹੀਂ ਰਿਹਾ ਨੌਜਵਾਨਾਂ ਦੇ ਹੱਥਾਂ ਚੋਂ ਟੀਕੇ ਖੋ ਕੇ ਸਟਫਨ ਫੜਾਵਾਂਗੇ ਕੰਮ ਤੇ ਜਾਓ ਸ਼ਾਮ ਨੂੰ ਆਪਣੇ ਪਰਿਵਾਰ ਚ ਘਰਿਆ ਕੇ ਰੋਟੀ ਖਾਓ ਅੱਜ ਯੂਕਰੇਨ ਦੀ ਖਬਰਾਂ ਦੇਖ ਲਓ ਕਿੰਨੇ ਮੁੰਡੇ ਆਪਣੇ ਪੜਨ ਗਏ ਹੋਣੇ ਕੁੜੀਆਂ ਇੱਥੇ ਕਿਉਂ ਨਹੀਂ ਪੜਾਈ ਹੈਗੀ ਬਈ ਇੱਥੇ 98 98% ਨੰਬਰ ਲੈ ਕੇ ਵੀ ਪੈਸੇ ਹੈ ਨਹੀਂ ਸਾਡੇ ਕੋਲ 1.5 ਕਰੋੜ ਲੱਗਦਾ ਹੈ ਯੂਕਰੇਨ ਵਰਗਾ ਛੋਟਾ ਜਿਹਾ ਮੁਲਕ ਉਹ ਉਹ 30 30 ਲੱਖ ਚ ਐਮਬੀਬੀਐਸ ਕਰਾ ਦਿੰਦਾ ਅਸੀਂ ਕਿਉਂ ਨਹੀਂ ਕਰ ਸਕਦੇ ਫਿਰ ਇੱਥੇ ਸੋ ਹੁਣ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਅਪਾ ਆਪਣੇ ਘਰ ਠੀਕ ਕਰਾਂਗੇ ਔਰ ਘਰ ਠੀਕ ਵੀ ਆਪਾਂ ਸਾਫ਼ ਕਰਾਂਗੇ ਘਰ ਸਾਫ਼ ਵੀ ਆਪਾਂ ਝਾੜੂ ਨਾਲ ਕਰਾਂਗੇ ਤੁਸੀਂ ਮੈਂ ਦੇਖ ਕੇ ਆਇਆ ਥੱਲੇ 92 93 ਤੇ ਫਿਰਦਾ ਅੰਕੜਾ ਤੁਸੀਂ ਤਾਂ ਤੁਸੀਂ ਤਾਂ ਝਾੜੂ ਫੇਰਤਾ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਹੁਣ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਮੇਰੀ ਹੈ ਯਕੀਨ ਰੱਖਿਓ ਮੇਰੇ ਤੇ ਮੇਰੀ ਨੀਅਤ ਮਾੜੀ ਨਹੀਂ ਹੈਗੀ ਮੇਰੇ ਤੇ ਯਕੀਨ ਰੱਖਿਓ ਹੌਲੀ ਹੌਲੀ ਆਪਾਂ ਪਟੜੀ ਤੇ ਚੜਾਂਗੇ ਪੰਜਾਬ ਨੂੰ ਤੁਹਾਨੂੰ 1 ਮਹੀਨੇ ਚ ਕੁਝ ਫਰਕ ਨਜ਼ਰ ਆਉਣ ਲੱਗ ਜੂਗਾ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਦਾ ਇਸ ਕਲੋਂ ਧੰਨਵਾਦ ਹੈ ਕਿ ਉਹਨਾਂ ਨੇ ਸ਼ੂਗਰ ਦੇ ਮਰੀਜ਼ ਹੁੰਦੇ ਹੋਏ ਵੀ 20 20 ਦਿਨ ਦੇ ਖੜਤਾਲਾ ਰੱਖ ਕੇ ਡਾਕਟਰ ਕਹਿੰਦੇ ਤੇਰੀ ਜਾਨ ਨੂੰ ਖਤਰਾ ਕਹਿੰਦੇ ਕੁਝ ਨਹੀਂ ਹੁੰਦਾ ਮੈਂ ਮੁਲਕ ਵਿਛਾਉਣਾ ਫਿਰ ਖੰਬਿਆਂ ਤੇ ਚੜ ਕੇ ਲੋਕਾਂ ਦੀ ਮਹਿੰਗੇ ਬਿਜਲੀ ਦੇ ਬਿੱਲ ਜਿਹੜੇ ਕੱਟਦੇ ਸੀ ਉਹ ਕਨੈਕਸ਼ਨ ਜੋੜ ਕੇ ਪਾਰਟੀ ਬਣਾਈ ਤੇ ਉਹ ਪਾਰਟੀ ਦਿੱਲੀ ਚ ਤਾਂ ਪਹਿਲੇ ਹੀ ਰਾਜ ਕਰ ਰਹੀ ਹੈ ਤੀਜੀ ਵਾਰ ਹੁਣ ਪੰਜਾਬ ਚ ਵੀ ਆਪਾਂ ਆ ਗਏ ਔਰ ਮੈਂ ਇੱਕ ਹੋਰ ਖੁਸ਼ੀ ਦੀ ਗੱਲ ਤੁਹਾਨੂੰ ਦੱਸਣਾ ਚਾਹਣਾ ਪਹਿਲਾ ਫੈਸਲਾ ਤਾਂ ਇਹ ਹੋਊਗਾ ਹੋਊਗਾ ਕਿ ਕਿਸੇ ਵੀ ਸਰਕਾਰੀ ਦਫਤਰ ਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਸ਼ਹੀਦ ਆਜ਼ਮ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਇੱਕ ਨੇ ਇੱਕ ਨੇ ਸਾਨੂੰ ਆਜ਼ਾਦੀ ਦਵਾਈ ਦੂਜੇ ਨੇ ਆਜ਼ਾਦ ਮੁਲਕ ਦਾ ਸੰਵਿਧਾਨ ਲਿਖਿਆ ਸਾਨੂੰ ਸਮਾਨਤਾ ਦਿੱਤੀ ਦੋਨਾਂ ਦੀਆਂ ਫੋਟੋ ਲੱਗਿਆ ਕਰਨੀ ਔਰ ਇੱਕ ਹੋਰ ਗੱਲ ਹੈ ਕਿ ਜਿਹੜੇ ਸਾਹਮਣੇ ਤੁਸੀਂ ਪਿਆਰ ਦਿੱਤਾ ਹੈ ਆਪਾਂ ਇਨਕਲਾਬ ਜਿੰਦਾਬਾਦ ਦੇ ਨਾਰੇ ਨਾਲ ਸ਼ੁਰੂ ਕਰਦੇ ਆਂ ਇਨਕਲਾਬ ਜਿੰਦਾਬਾਦ ਦੇ ਨਾਰੇ ਨਾਲ ਖਤਮ ਕਰਦੇ ਆਂ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਆਤਮਾ ਜਿਹੜੀ ਹੈ ਥੋੜਾ ਬਹੁਤ ਉਹਨੂੰ ਸਕੂਨ ਮਿਲਦਾ ਹੋਊ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਡਾ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਤੇ ਆਪਾਂ ਜਦੋਂ ਸੌਹ ਚੁੱਕਾਂਗੇ ਤੁਹਾਨੂੰ ਖੁੱਲਾ ਸਦਾ ਪਹਿਲਾਂ ਸੌਹਾਂ ਜਿਹੜੀਆਂ ਸੀ ਨਾ ਉਹ ਰਾਜਪਬਨਾ ਚੁੱਕੀਆਂ ਜਾਂਦੀਆਂ ਸੀ ਜਾਂ ਮਹਿਲਾਂ ਚ ਚੁੱਕੀਆਂ ਜਾਂਦੀਆਂ ਸੀ ਹੁਣ ਉਹ ਸੌਹਾਂ ਜਿਹੜੀਆਂ ਨੇ ਉਹ ਸ਼ਹੀਦਾਂ ਦੇ ਪਿੰਡਾਂ 'ਚ ਆ ਗਿਆਂ ਖਟਕੜਕਲਾਂ ਸੌ ਚੁੱਕਾਂਗੇ ਤਰੀਕ ਤੁਹਾਨੂੰ ਦੱਸ ਦਿਆਂਗੇ ਤਰੀਕ ਤੁਹਾਨੂੰ ਦੱਸ ਦਿਆਂਗੇ ਖਟਕੜਕਲਾਂ ਆਪਾਂ ਕੱਟ ਕਰਾਂਗੇ ਮੱਥਾ ਟੇਕਾਂਗੇ ਔਰ ਅਸ਼ੀਰਵਾ ਲਵਾਂਗੇ ਜਿਨ੍ਹਾਂ ਨੇ 23 ਸਾਲ ਦੀ ਉਮਰ 'ਚ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਤੇ ਆਪਾਂ ਉਸੇ ਮੁਲਕ ਦੇ ਮੁੱਖ ਮੰਤਰੀ ਉਸੇ ਮੁਲਕ ਦੇ ਐਮਪੀ ਬਣੇ ਹੋਏ ਆ ਤਾਂ ਘੱਟੋ ਘੱਟ ਉਹਨਾਂ ਨੂੰ ਕ੍ਰੈਡਿਟ ਤਾਂ ਦੇਣਾ ਪੈਂਦਾ ਕਿ ਜੇ ਨਾ ਹੁੰਦੇ ਤਾਂ ਆਪਾਂ ਗੁਲਾਮ ਹੁੰਦੇ ਹੋਂਨ ਨੂੰ ਸੋ ਮੇਰੇ ਵੱਲੋਂ ਸਾਰੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਹੈ ਮਿਲ ਕੇ ਕੰਮ ਕਰਾਂਗੇ ਕਈ ਕੰਮ ਸਾਨੂੰ ਵਧੀਆ ਕਰਨੇ ਆਉਂਦੇ ਆ ਉਹ ਦਿੱਲੀ ਸਿੱਖ ਲੂਗੀ ਕਈ ਦਿੱਲੀ ਵਾਲਿਆਂ ਨੇ ਵਧੀਆ ਕੀਤੇ ਆ ਉਤੋਂ ਆਪਾਂ ਸਿੱਖ ਲਾਂਗੇ ਤੇ ਮਕਸਦ ਸਿਰਫ ਇੱਕੋ ਹੀ ਹੈ ਪੰਜਾਬ ਠੀਕ ਹੋ ਜਾਏ ਸਾਡੇ ਸਕੂਲ ਠੀਕ ਹੋ ਜਾਣ ਸਾਡੇ ਹਸਪਤਾਲ ਠੀਕ ਹੋ ਜਾਣ ਸਾਨੂੰ ਬਿਜਲੀ ਫ੍ਰੀ ਤੇ ਸਸਤੇ ਰੇਟਾਂ ਤੇ ਇੰਡਸਟਰੀ ਨੂੰ ਬਿਜਲੀ ਮਿਲ ਜੇ ਫੈਕਟਰੀਆਂ ਨੂੰ ਵਾਪਸ ਬੁਲਾ ਲੀਏ ਖੇਤੀ ਨੂੰ ਲਾਹੇਵੰਦ ੰਦਾ ਬਣਾਈਏ ਬੇਰਜ਼ਗਾਰੀ ਦੀ ਲਾਹਨਤ ਨੂੰ ਜੜੋਂ ਪੱਟ ਦਈਏ ਮਾਮਾਂ ਭੈਣਾਂ ਸੁਰੱਖਿਤ ਹੋਣ ਇਹ ਸਾਡਾ ਆਪਣਾ ਜਿਹੜਾ ਸੁਪਨਾ ਹੈ ਜੀ 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 ਸਪੋਰਟਸ ਤਾਂ ਮੈਂ ਤਾਂ ਬਹੁਤ ਵੱਡਾ ਸਪੋਰਟਸ ਲਵਰ ਆ ਮੈਂ ਤਾਂ ਐਨਬੀਓ ਤੋਂ ਲੈ ਕੇ ਟੈਨਸ ਤੱਕ ਮੈਂ ਤਾਂ ਟੜ ਕੇ ਉੱਠ ਕੇ ਮੈਚ ਦੇਖਦਾ ਹਾਂ ਜਿੱਥੇ ਖੜੇ ਹਾਂ ਇੱਥੇ ਵਾਲੀਬਾਲ ਖੇਡਦੇ ਹੁੰਨੇ ਆਂ ਅਸੀਂ ਲਾਵਾਂਗੇ ਕੱਲ ਨੂੰ ਨੈਟ ਇੱਥੇ ਸੋ ਖੇਡਾਂ ਦੇ ਵਿੱਚ ਪਛੜ ਗਏ ਸਪੋਰਟਸ ਯੂਨੀਵਰਸਿਟੀ ਬਣਾਈ ਜਾਊਗੀ ਜਲੰਧਰ ਦੇ ਵਿੱਚ ਜਿੱਥੋਂ ਔਰ ਲਗਭਗ ਹਰੇਕ ਪਿੰਡ ਦੇ ਵਿੱਚ ਅਸੀਂ ਟਰੈਕ ਬਣਾਵਾਂਗੇ ਅਸੀਂ ਸਟੇਡੀਅਮ ਬਣਾਵਾਂਗੇ ਮੈਂ ਦੇਖਿਆ ਬਹੁਤ ਸਾਰੇ ਮੁੰਡੇ ਫੌਜជ្រਪਤੀ ਹੋਣ ਵਾਸਤੇ ਰਾਤ ਨੂੰ ਰਿਸਕ ਲੈ ਕੇ ਸੜਕ ਤੇ ਭੱਜਦੇ ਫਿਰਦੇ ਹੁੰਦੇ ਆ ਇੱਕ ਸੰਦੌੜ ਕੋਲੇ ਪਿੰਡ ਹੈ ਉੱਥੇ ਮੈਨੂੰ ਮੁੰਡਾ ਆਇਆ ਮਿਲਣ ਮੁੰਡਾ 19 20 ਸਾਲ ਦਾ ਤੇ ਫੌਜជ្រਪਤੀ ਹੋਣਾ ਸੀ ਰਾਤ ਨੂੰ ਭੱਜਿਆ ਜਾਂਦਾ ਸੀ ਸੜਕ ਤੇ ਸੰਦੌੜ ਮਲੇਰ ਕੋਡੇ ਵਾਲੀ ਤੇ ਕੋਈ ਤਾਂ ਕੋਈ ਹਾਲ ਪਾਈ ਹੋਏ ਸੀ ਟਰੈਕਟਰ ਦੇ ਉਹ ਨਾਲ ਹੀ ਲੈ ਗਿਆ ਲੱਤ ਹੀ ਨਾਲ ਲੈ ਗਿਆ ਮੈਂ ਉਹਨੂੰ ਨਕਲੀ ਲੱਤਾਂ ਲਵਾਤੀ ਪਰ ਮੈਨੂੰ ਇਹ ਲੱਗੇ ਕਿ ਯਾਰ ਇਹ ਜਵਾਨ ਜਿਹੜਾ ਇਹ ਫੌਜ ਚ ਜਾਣਾ ਚਾਹੀਦਾ ਸੀ ਅੱਜ ਇਹ ਤੁਰਨ ਵੱਲੋਂ ਮਥਾਜ ਹੋ ਗਿਆ ਕਾਰਨ ਭੱਜਣ ਨੂੰ ਜਗ੍ਹਾ ਨਹੀਂ ਖੇਡਣ ਨੂੰ ਜਗ੍ਹਾ ਨਹੀਂ ਸਟੇਡੀਅਮ ਪਾਥੀਆਂ ਨਾਲ ਪੱਥੇ ਪਏ ਨੇ ਸਟੇਡੀਅਮ ਹੈ ਹੀ ਨਹੀਂ ਸੋ ਇਹ ਤੁਹਾਡੀ ਜਿਹੜੀ ਤਮੰਨਾ ਖੇਡਣ ਵਾਲੀ ਉਹ ਵੀ ਪੂਰੀ ਕਰਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੈਹਾਬ ਇਨਕਲਾਬ